ह्यूमन राइट प्रोटेक्शन काउंसल वालों लुधियाना के गुरु नानक देव भवन 10 दिसंबर ह्यूमन राइट डे आयोजित किया जाएगा, जिस विच पूर्व MP पप्पू यादव को उचेचे तौर पर सम्मानित किया जाएगा, जिसकी जानकारी कौंसल के चेयरमैन कुंवर ओंकार सिंह नरूला ने दी। ਤੁਹਾਡਾ ਤੇ ਅੱਜ ਤੇ ਅਸੀਂ ਜਿਹੜੀ ਮੀਟਿੰਗ ਕੀਤੀ ਹੈ, ਕੀ ਉਦੇਸ਼ ਸੀਗਾ, ਮਹਿਲਾਵਾਂ ਦੀ ਕੀ ਪਾਰਟਿਸਿਪੇਸ਼ਨ ਇਸ ਪ੍ਰੋਗਰਾਮ ਦੇ ਵਿੱਚ ਹੋਣੀ ਹੈ? ਜੀ ਸਰ, ਮੇਰਾ ਨਾਮ ਲਲਿਤਾ ਲਾਂਬਾ ਔਰ ਮੈਂ ਸੋਸ਼ਲ ਐਕਟੀਵਿਟੀਜ਼ ਹਾਂ ਅਤੇ ਮੈਂ ਹਿਊਮਨ ਰਾਈਟਸ ਦੀ ਡਿਸਟ੍ਰਿਕਟ ਜਨਰਲ ਸੈਕਟਰੀ ਹਾਂ। ਅਸੀਂ ਅੱਜ ਇੱਥੇ ਮੀਟਿੰਗ ਕੀਤੀ ਹੈ। 10 ਤਰੀਕ ਸਾਡਾ ਹਿਊਮਨ ਰਾਈਟਸ ਦਾ ਵਰਲਡ ਡੇ ਮਨਾਇਆ ਜਾ ਰਿਹਾ ਜੀ, ਜੋ ਕਿ ਸਾਰੇ ਵਰਲਡ 'ਚ ਮਨਾਉਂਦੇ ਆ, ਅਤੇ ਉਸਦਾ ਅਸੀਂ ਇੱਥੇ ਲੁਧਿਆਣੇ ਵੀ ਅਸੀਂ ਫੰਕਸ਼ਨ ਕਰ ਰਹੇ ਹਾਂ, ਜਿਹਦੇ ਵਿੱਚ ਕਾਫੀ ਫੇਮਸ ਪਰਸਨੈਲਿਟੀਜ਼ ਪਾਰਟੀਸਪੇਟ ਕਰ ਰਹੇ ਨੇ, ਜਿਨ੍ਹਾਂ ਨੂੰ ਆਨਰ ਵੀ ਕੀਤਾ ਜਾਏਗਾ। ਅਤੇ ਉਹਦੇ ਵਿੱਚ ਅਸੀਂ ਲੇਡੀਜ਼ ਵਿੰਗ ਦਾ ਜੋ ਹੈ ਅਸੀਂ ਖੁਦ ਡਿਊਟੀਜ਼ ਲੈ ਕੇ ਆਪਣਾ ਪੂਰਾ ਪ੍ਰੋਗਰਾਮ ਸੰਭਾਲਾਂਗੇ। ਔਰ ਅੱਛਾ ਲਾਂਬਾ ਮੈਮ, ਜਿਸ ਤਰ੍ਹਾਂ ਦੇਸ਼ ਦੇ ਵਿੱਚ ਫੀਮੇਲ ਦੇ ਉੱਪਰ ਐਟਰੋਸਿਟੀ ਹੋ ਰਹੇ ਨੇ, ਬਲਾਤਕਾਰ ਦੀਆਂ ਘਟਨਾਵਾਂ ਹੈਦਰਾਬਾਦ 'ਚ ਹੋਈ ਹੈ, ਹੋਰ ਕਈ ਥਾਵਾਂ 'ਤੇ ਹੁੰਦੀਆਂ ਨੇ, ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ, ਕਿਸ ਤਰ੍ਹਾਂ ਦੀ ਸੁਵਿਧਾਵਾਂ ਜਾਂ ਫਿਰ ਲੇਡੀਜ਼ ਨੂੰ ਸੁਰੱਖਿਅਤ ਕਰਨ? ਬਹੁਤ ਮਾੜਾ ਹੋ ਰਿਹਾ, ਜੋ ਵੀ ਲੇਡੀਜ਼ ਦਾ ਹੋ ਰਿਹਾ ਬਹੁਤ ਮਾੜਾ ਹੋ ਰਿਹਾ। ਇਹਦੇ ਵਾਸਤੇ ਸਰਕਾਰ ਨੂੰ ਕੁਛ ਨਾ ਕੁਛ ਪ੍ਰੋਟੈਕਸ਼ਨ ਵਾਸਤੇ ਕਰਨਾ ਚਾਹੀਦਾ ਕਿ ਲੇਡੀਜ਼ ਨਾਲ ਇੰਨੇ ਅੱਤਿਆਚਾਰ ਹੋ ਰਹੇ ਆ ਔਰ ਇੰਨੇ ਰੇਪਿਸਟ ਹੋ ਰਹੇ ਆ ਔਰ ਛੋਟੀ ਛੋਟੀ ਬੱਚੀਆਂ ਨਾਲ ਹੋ ਰਿਹਾ, ਕੁਛ ਨਾ ਕੁਛ ਤਾਂ ਸੋਚਣਾ ਚਾਹੀਦਾ ਨਾ। ਆਪਾਂ ਬਿਲਕੁਲ ਚੁੱਪ ਕਰਕੇ ਨਹੀਂ ਬੈਠ ਸਕਦੇ ਜੀ, ਖੁਦ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਮਜ਼ਬੂਤ ਬਣਾਉਣ ਵਾਸਤੇ ਲੇਡੀਜ਼ ਨੂੰ ਸਟਰੋਂਗ ਬਣਾਉਣਾ ਪਏਗਾ, ਸਾਨੂੰ ਖੁਦ ਨੂੰ ਵੀ ਸਟਰੋਂਗ ਬਣਾਉਣਾ ਪਏਗਾ ਕਿ ਤਾਂ ਕਿ ਕੋਈ ਸਾਡੇ ਵੱਲ ਅੱਖ ਚੁੱਕ ਕੇ ਦੇਖ ਨਾ ਸਕੇ। ਆਪਣੇ ਖੁਦ ਨੂੰ ਸਟਰੋਂਗ ਬਣਾਉਣਾ ਪਏਗਾ, ਹਰ ਲੇਡੀ ਨੂੰ ਬਣਾਉਣਾ ਪਏਗਾ ਇਸ ਵਾਸਤੇ, ਔਰ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਟਰੋਂਗ ਬਣਾਉਣਾ ਪਏਗਾ, ਉਹਨਾਂ ਨੂੰ ਦੱਸਣਾ ਪਏਗਾ ਕਿ ਤੁਸੀਂ ਕਿਸ ਤਰ੍ਹਾਂ ਮਾਂ ਨਿਕਲੋ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ, ਆਪਣੇ ਆਪ ਨੂੰ ਸਟਰੋਂਗ ਬਣਾਓ ਔਰ ਬਿਲਕੁਲ ਇਸ ਹਿਸਾਬ ਨਾਲ ਚੱਲੋ ਕਿ ਤੁਹਾਡੇ ਵੱਲ ਕੋਈ ਅੱਖ ਚੁੱਕ ਕੇ ਦੇਖ ਨਾ ਸਕੇ, ਕੋਈ ਤੁਹਾਡੇ ਵੱਲ ਉਂਗਲੀ ਨਾ ਕਰ ਸਕੇ। ਰੋਲਾ ਸਾਹਿਬ, ਦੇਸ਼ ਦੇ ਵਿੱਚ ਮਹਿਲਾਵਾਂ ਦੇ ਉੱਪਰ ਬਹੁਤ ਜ਼ਿਆਦਾ ਉਤਪੀੜਨ ਅੱਤਿਆਚਾਰ ਹੋ ਰਹੇ ਹਨ, ਮਾਨਵ ਅਧਿਕਾਰ ਦੇ ਹਰ ਸਟੇਟ ਦੇ ਵਿੱਚ ਕਮਿਸ਼ਨ ਨੇ, ਨੈਸ਼ਨਲ ਕਮਿਸ਼ਨ ਵੀ ਹੈ, ਕੋਈ ਐਕਸ਼ਨ ਨਹੀਂ ਪ੍ਰੋਪਰ ਹੋ ਪਾਉਂਦਾ, ਸਜ਼ਾਵਾਂ ਨੂੰ ਵੀ ਨਹੀਂ ਮਿਲਦੀ। ਉਸੇ ਚੀਜ਼ ਤੇ ਆ ਰਿਹਾ ਕਿ ਜਦੋਂ ਤੁਸੀਂ ਹਿੰਦੁਸਤਾਨ ਦੀ ਸੰਸਦ ਦੇ ਵਿੱਚ 70-75% ਬੰਦੇ ਚਾਹੇ ਕਿਸੇ ਵੀ ਪਾਰਟੀ ਦੇ ਜੀ ਜੀ, ਤੁਸੀਂ ਕ੍ਰਿਮੀਨਲ ਮਾਈਂਡ, ਕ੍ਰਿਮੀਨਲ ਕੇਸਾਂ ਨਾਲ ਰਿਲੇਟਡ ਬੰਦਿਆਂ ਨੂੰ ਬਿਠਾ ਰਿਹਾ, ਮੈਨੂੰ ਲੱਗ ਰਿਹਾ ਤੁਹਾਡਾ ਇਨਸਾਫ ਰੱਖਣਾ ਬੇਵਕੂਫੀ ਤੋਂ ਵੱਧ ਕੁਛ ਨਹੀਂ ਹੈ। ਔਰ ਮੈਂ ਸਭ ਤੋਂ ਵੱਡੀ ਇਸ ਚੀਜ਼ ਦੀ ਇਹ ਗੱਲ ਕਹਾਂਗਾ ਕਿ ਜਿੰਨੇ ਜ਼ਿੰਮੇਵਾਰ ਉਹ ਨੇ, ਉਨੇ ਹੀ ਜ਼ਿੰਮੇਵਾਰ ਉਹ ਲੋਕ ਨੇ ਜਿਹੜੇ ਉਹਨਾਂ ਲੋਕਾਂ ਨੂੰ ਚੁਣ ਕੇ ਲੈਂਦੇ ਨੇ। ਇਸ ਕਰਕੇ ਤੁਹਾਨੂੰ ਇਸ ਚੀਜ਼ ਦਾ ਲਾਂਭਾ ਦੇਣਾ ਹੱਕ ਨਹੀਂ ਬਣਦਾ, ਕਿਉਂਕਿ ਜਦ ਤੁਹਾਨੂੰ ਪਤਾ ਹੈ ਕਿ ਇੱਕ ਆਦਮੀ ਹੈ, ਇੱਕ UP ਦਾ ਬੜਾ CM ਹੈ, ਉੱਥੇ ਬੇਸਾਬ ਕੇਸ ਦਰਜ ਕ੍ਰਿਮੀਨਲ ਨੇ ਸਾਰੇ, ਕੋਈ ਸਿਵਲ ਮੈਟਰ ਨਹੀਂ, ਸਾਰੇ ਕ੍ਰਿਮੀਨਲ ਦੇ, ਕਿਹੜੀ ਧਾਰਾ ਜਿਹੜੀ ਕ੍ਰਿਮੀਨਲ ਦੀ ਜਿਹੜੀ ਨਹੀਂ ਲੱਗੀ ਹੈ, ਕਿਸੇ ਜ਼ਮਾਨਤਾਂ ਦੇ ਕਿਸੇ ਕੁਛ, ਉਹੀ ਆਦਮੀ ਨੂੰ ਤੁਸੀਂ ਜਿਤਾ ਕੇ ਲਿਆਉਂਦੇ ਹੋ, ਉਹੀ ਆਦਮੀ CM ਬਣ ਜਾਂਦਾ, ਉਹੀ ਆਦਮੀ ਸਾਰੇ ਕੇਸ ਆਪਣੇ ਵਿਡਰਾ ਕਰਦਾ, ਕਹਿੰਦੇ ਤੁਸੀਂ ਨੇ ਦਰਦ ਦਿਆ ਤੁਸੀਂ ਹੀ ਦਵਾ ਦੋਗੇ, ਠੀਕ ਹੈ ਨਾ? ਫਿਰ ਤੁਸੀਂ ਇਨਸਾਫ ਦੀ ਗੱਲ ਕਿੱਥੇ ਕਰ ਰਹੇ ਹੋ? ਇਨਸਾਫ ਤਾਂ ਖਤਮ ਹੋ ਗਿਆ ਜੀ, ਇੱਕ ਤਲਵਾਰ ਵਾਲੇ ਕੋਲ ਇਨਸਾਫ ਨਹੀਂ ਮਿਲੇਗਾ, ਜਿਹੜਾ ਤਲਵਾਰ ਨਾਲ ਸਾਰਿਆਂ ਨੂੰ ਵੱਢ ਰਿਹਾ ਉਹਦੇ ਕੋਲ ਤੁਸੀਂ ਇਨਸਾਫ ਰੱਖਦੇ ਹੋ, ਤੁਹਾਡਾ ਤਾਂ ਬੜਾ ਬੇਵਕੂਫ ਹੋਏ ਜੀ। ਤੇ ਸਰ, ਜਿਹੜਾ ਅੱਜ ਤੁਸੀਂ 10 ਤਰੀਕ ਦਾ ਪ੍ਰੋਗਰਾਮ ਹੈ, ਇਹ ਤੋਂ ਬਾਅਦ ਕੀ ਉਮੀਦ ਕਰਦੇ ਹੋ ਆਪਣੇ ਵਰਕਰਸ ਨੂੰ, ਦੇਸ਼ਵਾਸੀਆਂ ਨੂੰ ਕੀ ਸੰਦੇਸ਼? ਸਰ, ਇਸ ਤਰ੍ਹਾਂ ਕਿ ਲਾਸਟ ਈਅਰ ਅਸੀਂ 10 ਤਰੀਕ ਨੂੰ ਡਾਕਟਰ ਕਫੀਲ ਨੂੰ ਆਨਰ ਕੀਤਾ ਸੀ ਜੀ, ਜਿਹਨਾਂ ਨੇ ਮੁਜ਼ੱਫਰਨਗਰ 'ਚ ਪਸ਼ੂ ਬੱਚਿਆਂ ਨੂੰ ਬਚਾਇਆ, ਔਰ ਮੈਂ ਇਸ ਚੀਜ਼ ਦੀ ਮੈਨੂੰ ਆਪ ਖੁਦ ਸ਼ਰਮ ਆਉਂਦੀ ਹੈ ਕਿ ਇਸ ਕੰਟਰੀ ਦੇ ਵਿੱਚ 100-150 ਬੱਚਿਆਂ ਨੂੰ ਬਚਾਉਣ ਵਾਲੇ ਨੂੰ ਇਨਾਮ ਕਰਨ ਦੀ ਬਜਾਏ ਮੌਕੇ ਦੀਆਂ ਸਰਕਾਰਾਂ ਨੇ, ਹੁਕਮਰਾਨਾਂ ਨੇ ਬੇਇੰਤਿਹਾ ਤਸ਼ੱਦਦ ਦਿੱਤਾ, ਜਿਹਦੇ 'ਚ ਉਹਨੂੰ ਹਰ ਤਰ੍ਹਾਂ ਦਾ ਹਰਾਸ ਕੀਤਾ ਗਿਆ। ਚਲੋ ਟੀਮਾਂ ਨੇ ਕੰਮ ਕੀਤਾ, ਉਹਨਾਂ ਨੂੰ ਸੁਪਰੀਮ ਕੋਰਟ ਤੋਂ ਜਾ ਕੇ ਜਸਟਿਸ ਮਿਲਿਆ, ਲੇਕਿਨ ਉਹਦੇ ਕੈਰੀਅਰ ਦੇ ਤੁਸੀਂ 2 ਸਾਲ ਖਰਾਬ ਕਰਤੇ, ਜ਼ਿੰਦਗੀ ਦੇ ਗੋਲਡਨ ਟਾਈਮ ਜਿਹੜਾ ਸੀ ਉਹਦਾ ਉਹ ਤੁਸੀਂ ਡਿਸਟਰੋਏ ਕਰ ਦਿੱਤਾ। ਇਹੀ ਕੰਮ ਅਗਰ ਕਿਤੇ ਫੋਰਨ ਕੰਟਰੀ 'ਚ ਕੀਤਾ ਹੁੰਦਾ ਤਾਂ ਅੱਜ ਦੀ ਡੇਟ 'ਚ ਮੈਨੂੰ ਲੱਗਦਾ ਕਿ ਡਾਕਟਰ ਕਪਿਲ ਦਾ ਨਾਮ ਨੋਬਲ ਪੁਰਸਕਾਰ ਲਈ ਬਿਲਕੁਲ ਜਾਂਦਾ, ਜੋ ਉਹਨਾਂ ਨੇ ਵਰਕ ਕੀਤਾ। ਉਹ ਇਸੇ ਤਰ੍ਹਾਂ ਕਿ ਇਸ ਸਾਲ ਅਸੀਂ ਪੱਪੂ ਯਾਦਵ ਜਿਹੜੇ ਐਕਸ MP ਨੇ, ਜਿਨ੍ਹਾਂ ਨੇ ਬਿਹਾਰ ਪੀੜਤਾਂ ਲਈ ਕੰਮ ਕੀਤਾ, ਉਹ ਕੰਮ ਕੀਤਾ ਜੋ ਮੌਕੇ ਦੀ ਸਰਕਾਰ ਜਾਂ ਹੁਕਮਰਾਨ ਨੂੰ ਕਰਨਾ ਚਾਹੀਦਾ ਸੀ। ਔਰ ਮੇਰੇ ਹਿਸਾਬ ਨਾਲ ਇਹ ਸ਼ਾਇਦ ਦੁਨੀਆਂ ਦਾ ਇਤਿਹਾਸ ਹੋਏਗਾ ਕਿ ਇੱਕ ਓਪੋਜੀਸ਼ਨ 'ਚ ਆਦਮੀ ਬੈਠਾ ਜਿਹੜਾ ਨਾ ਕਿਸੇ ਸੰਵਿਧਾਨਿਕ ਪਦ 'ਤੇ ਹੈ, ਉਹਨੇ ਬਾਕੀਆਂ ਦੀ ਮਦਦ ਕੀਤੀ, ਡਿਪਟੀ CM ਅਤੇ CM ਵਰਗਿਆਂ ਨੂੰ ਵੀ ਹੱਟ 'ਚੋਂ ਕੱਢਿਆ ਕਿ ਜਿਹਦੀ ਡਿਊਟੀ ਹੈ ਕਿ ਲੋਕਾਂ ਨੂੰ ਹੱਟ 'ਚੋਂ ਕੱਢਣੀ ਜਾਂ ਪਰੇਸ਼ਾਨੀਆਂ ਤੋਂ ਮਦਦ ਦੇਣੀ, ਉਲਟਾ ਪੱਪੂ ਯਾਦਵ ਜੀ ਨੇ ਉਹਨਾਂ ਦੀ ਵੀ ਮਦਦ ਕੀਤੀ ਬਿਨਾਂ ਭਜਨ। ਉਸ ਵਾਰ ਹਿਊਮਨ ਰਾਈਟ ਕੌਂਸਲ ਨੇ ਪੱਪੂ ਯਾਦਵ ਜੀ ਨੂੰ ਆਨਰ ਕਰਨ ਦਾ ਫੈਸਲਾ ਕੀਤਾ, ਕਮੇਟੀ ਨੇ ਫੈਸਲਾ ਕੀਤਾ। ਔਰ ਦੂਸਰਾ SP ਅਬਰਾਏ ਸਾਹਿਬ ਜਿਹੜੇ ਦੁਬਈ ਤੋਂ ਨੇ, ਜਿਹਨਾਂ ਨੇ ਬਲੱਡ ਮਨੀ ਦੇ ਕੇ ਤਕਰੀਬਨ 100 ਦੇ ਕਰੀਬ ਪੰਜਾਬੀਆਂ ਦੀ ਫਾਂਸੀ ਸਜ਼ਾ ਮਾਫ ਕਰਵਾਈ, ਪਰ ਮੈਨੂੰ ਹੁਣੇ ਰੀਸੈਂਟਲੀ ਪ੍ਰੈਸ ਕਾਨਫਰੰਸ 'ਚ ਪਤਾ ਚੱਲਿਆ ਕਿ ਅੱਜ ਉਹਨਾਂ ਨੇ ਇੱਕ ਹੋਰ ਬੱਚੇ ਦੀ 8 ਲੱਖ ਰੁਪਏ ਜਮ੍ਹਾਂ ਕਰਵਾ ਕੇ ਫਾਂਸੀ ਸਜ਼ਾ ਮਾਫ ਕਰਵਾਈ।
We'll be right back.